దృశ్యాల్లో చూస్తున్నాము. అనేక ప్రాంతాల్లో అటు దేశవ్యాప్తంగా కాంగ్రెస్ నేతలు కార్యకర్తలు నిరసనలు వ్యక్తం చేస్తున్నారు, మాటలు మంటలు రేజేశాయి. అజయ్ మాకెన్ ఢిల్లీలో కేంద్ర ఎన్నికల సంఘానికి సైతం ఇదే విషయమై ఫిర్యాదు చేశారు. కాంగ్రెస్ పై కేంద్ర మంత్రి రవనీత్ పిట్టు ప్రస్తుతం రెస్పాండ్ అవుతున్నారు ఈ ఆందోళనలపై. లైవ్లో చూద్దాం. कहने का यह है भी जब पन्नू और राहुल गांधी एक दूसरे की बात एक दूसरे को एंडोर्स कर रहे हैं, इस एक एक दूसरे की वाह वाह कर रहे हैं, तो और क्या होगा जी? और उसे कहा क्या कहा जाएगा ये बताओ भी, राहुल जी पन्नू वाली बात बोल रहे हैं, पन्नू जी राहुल वाली बात बोल रहे हैं, तो इसमें फर्क कहां रह जाता है? खड़गे साहब, ये बात पे आप अपनी स्थिति और कांग्रेस पार्टी स्पष्ट करे सर. खड़गे साहब, ਕਾਂਗਰਸ ਦੇ ਪ੍ਰਧਾਨ ਤੇ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਮੇਰੇ ਪੁਤਲੇ ਸਾੜ ਰਹੇ ਆ, ਮੇਰੇ ਪਿੱਛੇ ਨਾਰੇਬਾਜ਼ੀ ਕਰ ਰਹੇ ਆ, ਮੈਂ ਉਹਨਾਂ ਨੂੰ ਕਹਿਣਾ ਵੈਲਕਮ ਕਰਨਾ, ਜੀ ਆਇਆਂ ਕਰਨਾ. ਸ਼ਾਇਦ ਕਿਤੇ ਰਾਹੁਲ ਗਾਂਧੀ ਦੇ ਜਾਂ ਗਾਂਧੀ ਫੈਮਿਲੀ ਦੇ ਕੋਈ ਤਸਵੀਰ ਉਹਨਾਂ ਦੀ ਕੋਈ ਆਵਾਜ਼ ਉਹਨਾਂ ਦੀ ਕੰਨਾਂ 'ਚ ਪੈ ਜੇ. ਵੈਸੇ ਤਾਂ ਕਿਸੇ ਵਰਕਰ ਦੀ ਪੈਂਦੀ ਨਹੀਂ, ਪਰ ਜੇ ਤੁਹਾਡੀ ਮੇਰੇ ਖਿਲਾਫ਼ ਬੋਲਦੇ ਹੋ ਕੋਈ ਆਵਾਜ਼ ਪੈ ਜੇ, ਤੁਹਾਡੀ ਤਰੱਕੀ ਹੋ ਜੇ, ਮੈਨੂੰ ਇਦੋਂ ਵੱਧ ਕੋਈ ਖੁਸ਼ੀ ਨਹੀਂ ਹੋਊਗੀ. ਪਰ ਇਹ ਜਿਹੜਾ ਵੀ ਕੋਈ ਕਾਂਗਰਸ ਪਾਰਟੀ ਦਾ ਸਪੋਕਸਪਰਸਨ ਆ, ਕੋਈ ਕਾਂਗਰਸ ਪਾਰਟੀ ਦਾ ਲੀਡਰ ਆ, ਜਿਹੜੇ ਮੇਰੇ ਖਿਲਾਫ਼ ਐਫ ਆਈ ਆਰਾਂ ਕਰਾ ਰਹੇ ਨੇ, ਮੇਰੇ ਖਿਲਾਫ਼ ਬੋਲ ਰਹੇ ਆ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ, ਮੈਂ ਕਿਉਂ ਬੋਲਿਆ? ਮੈਂ ਫਿਰ ਇਹ ਗੱਲ ਦੁਬਾਰਾ ਰਿਪੀਟ ਕਰਦਾ, ਮੈਂ ਕਿਉਂ ਬੋਲਿਆ? ਮੈਂ 2 ਦਿਨ ਵੇਟ ਕੀਤੀ ਜੋ ਰਾਹੁਲ ਗਾਂਧੀ ਨੇ ਕਿਹਾ ਵੀ ਪੰਜਾਬ ਦੇਸ਼ 'ਚ ਸਿੱਖਾਂ ਨੂੰ ਪੱਗ ਨਹੀਂ ਬੰਨਣ ਦਾ ਇਜਾਜ਼ਤ ਨਹੀਂ, ਉਹਨਾਂ ਨੂੰ ਕੜਾ ਪਾਉਣ ਦੀ ਇਜਾਜ਼ਤ ਨਹੀਂ, ਉਹਨਾਂ ਨੂੰ ਗੁਰਦੁਆਰੇ ਜਾਣ ਦੀ ਇਜਾਜ਼ਤ ਨਹੀਂ. ਇਹ ਗੱਲ ਨੂੰ ਇੰਡੋਰਸ ਕੀਤਾ, ਇਸ ਗੱਲ ਨੂੰ ਜਿਹੜਾ ਸਭ ਤੋਂ ਵੱਡਾ ਦੇਸ਼ ਨੂੰ ਵੰਡਣ ਵਾਲਾ ਸਭ ਤੋਂ ਖਤਰਨਾਕ ਟੈਰਰਿਸਟ ਹੈ ਪੰਨੂ, ਉਹਨੇ ਨਾਂ ਲੈ ਕੇ ਰਾਹੁਲ ਗਾਂਧੀ ਦੇ ਇਹ ਗੱਲ ਕਹੀ ਵੀ ਰਾਹੁਲ ਗਾਂਧੀ ਜੀ ਨੇ ਜੋ ਕਿਹਾ ਉਹ ਸਾਡੀ ਗੱਲ ਕੀਤੀ ਆ, ਅਤੇ ਮੈਂ ਇਸ ਗੱਲ 'ਤੇ ਉਹਨਾਂ ਦੇ ਸਟੈਂਡ ਲੈਂਦਾ, ਇਸ ਗੱਲ 'ਤੇ ਬੜੀ ਉਹਨਾਂ ਨੂੰ ਮੈਂ ਵਧਾਈ ਦਿੰਦਾ. ਅਤੇ ਜਦੋਂ 2 ਦਿਨ ਨੇਂਗੇ ਖੜਗੇ ਸਾਹਿਬ, ਚੰਗਾ ਹੁੰਦਾ ਤੁਸੀਂ ਅਤੇ ਤੁਹਾਡੀ ਕਾਂਗਰਸ ਪਾਰਟੀ ਇਹ ਬਿਆਨ ਦਿੰਦੀ ਵੀ ਜੋ ਪੰਨੂ ਨੇ ਬਿਆਨ ਦਿੱਤਾ ਉਹਨਾਂ ਦੇ ਨਾਲ ਰਾਹੁਲ ਗਾਂਧੀ ਦਾ ਅਤੇ ਕਾਂਗਰਸ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ. ਪਰ ਤੁਸੀਂ ਜਦੋਂ ਨਹੀਂ ਬੋਲੇ, ਇਹ ਪਤਾ ਲੱਗ ਗਿਆ ਵੀ ਪੰਨੂ ਅਤੇ ਕਾਂਗਰਸ ਪਾਰਟੀ ਇੱਕ ਆ, ਵੀ ਦੋਨੋਂ ਜਦੋਂ ਇੱਕ ਦੂਜੇ ਦੀ ਗੱਲ ਕਰ ਰਹੇ ਆ, ਇੱਕ ਦੂਜੇ ਨੂੰ ਸਪੋਰਟ ਕਰ ਰਹੇ ਆ, ਇੱਥੋਂ ਪਤਾ ਲੱਗ ਗਿਆ ਵੀ ਤੁਸੀਂ ਕੋਈ ਵੀ ਗੇਮ ਜਿਵੇਂ ਪਹਿਲਾਂ ਪੰਜਾਬ 'ਚ ਤਬਾਹ ਕਰਨ ਨੂੰ ਖੇਡੀ, ਉਹੀ ਗੇਮ ਦੁਬਾਰਾ ਖੇਡਣ ਲੱਗੇ ਹੋ. ਉਹੀ ਗੇਮ ਦੇ ਵਿੱਚ ਤੁਸੀਂ ਜੇ ਖੜਗੇ ਸਾਹਿਬ ਤੁਸੀਂ ਅੱਜ ਵੀ ਇਸ ਗੱਲ 'ਤੇ ਬਿਆਨ ਨਾ ਦਿੱਤਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਪੰਨੂ ਨਾਲ, ਬਾਕੀ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਟੀਵੀ 'ਤੇ ਬੋਲ ਰਹੇ ਆ, ਜੇ ਉਹਨਾਂ ਨੇ ਪੰਨੂ ਦੇ ਖਿਲਾਫ਼ ਗੱਲ ਨਾ ਦਿੱਤੀ ਵੀ ਰਾਹੁਲ ਗਾਂਧੀ ਅਤੇ ਪੰਨੂ ਦਾ ਕੋਈ ਲੈਣਾ ਦੇਣਾ ਨਹੀਂ, ਅਸੀਂ ਉਹ ਬਿਆਨ